ਆਪਣਾ ਮੈਕਸੀਕੋ ਭਾਅ ਜੀ 100 ਐਕਸੀਡੈਂਟ ਦੇ ਲੱਗ ਗਏ, ਆਪਣਾ ਕਸੀਨੋ ਟੱਪ ਕੇ ਟਰੱਕ ਦਾ ਐਕਸੀਡੈਂਟ ਹੋ ਗਿਆ ਭਾਅ ਜੀ। ਉੱਥੇ ਜਾ ਕੇ ਵੀ ਇਹਨਾਂ ਨੇ ਇਕੱਠਿਆਂ ਹੀ ਕੰਮ ਕੀਤਾ, ਇਕੱਠਿਆਂ ਹੀ ਟਰਾਲਾ ਚਲਾਇਆ ਅਤੇ ਅੱਜ ਦੋਨਾਂ ਵਿਚਾਰਿਆਂ ਦਾ ਇਕੱਠਿਆਂ ਦਾ ਹੀ ਸ਼ਮਸ਼ਾਨ ਘਾਟ ਦੇ ਵਿੱਚ ਸੰਸਕਾਰ ਹੋਇਆ। ਬਚਪਨ ਤੋਂ ਸਿਵਿਆਂ ਤੱਕ ਇਕੱਠੇ ਗਏ ਨੌਜਵਾਨ, ਅਮਰੀਕਾ ਵੀ ਇਕੱਠੇ ਗਏ ਅਤੇ ਦੋਹਾਂ ਦੀਆਂ ਲਾਸ਼ਾਂ ਵੀ ਇਕੱਠੀਆਂ ਪੰਜਾਬ ਪਰਤੀਆਂ। ਐਸੀ ਦੋਸਤੀ ਦੀ ਕਹਾਣੀ ਜੋ ਤੁਹਾਨੂੰ ਕਰ ਦੇਗੀ ਭਾਵੁਕ। ਦਰਅਸਲ ਦੋ ਨੌਜਵਾਨ ਜਿਨ੍ਹਾਂ ਦਾ ਨਾਮ, ਇੱਕ ਦਾ ਸੁਖਜਿੰਦਰ ਸਿੰਘ ਅਤੇ ਦੂਜੇ ਦਾ ਸਿਮਰਨਜੀਤ ਸਿੰਘ, ਦੋਨੇ ਜਣੇ ਇਕੱਠੇ ਬਚਪਨ ਤੋਂ ਖੇਡਦੇ ਆਏ, ਕੁੱਦਦੇ ਆਏ, ਜਿਗਰੀ ਯਾਰ ਸਨ। 12ਵੀਂ ਦੋਨਾਂ ਨੇ ਇਕੱਠਿਆਂ ਪਾਸ ਕੀਤੀ, ਇੱਕੋ ਪਿੰਡ ਦੇ ਦੋਨੇ ਰਹਿਣ ਵਾਲੇ ਸਨ। ਦੋਨੇ ਨੌਜਵਾਨ 12ਵੀਂ ਪਾਸ ਕਰਕੇ ਅਮਰੀਕਾ ਗਏ, ਜਿੱਥੇ ਉਹ ਦੋਨੇ ਟਰਾਲਾ ਚਲਾਉਣ ਲੱਗੇ, ਕਾਫੀ ਚੰਗੇ ਪੈਸੇ ਵੀ ਕਮਾਉਣ ਲੱਗੇ ਸੀ। ਪੈਸੇ ਕਮਾਉਣ ਤੋਂ ਬਾਅਦ ਉਹਨਾਂ ਨੇ ਘਰੇ ਆਪਣਾ ਕੋਠੀ ਪਾਣੀ ਵੀ ਸ਼ੁਰੂ ਕਰ ਦਿੱਤੀ ਸੀ, ਪਰ ਕੋਠੀ ਕੰਪਲੀਟ ਹੋਣ ਤੋਂ ਪਹਿਲਾਂ ਹੀ ਦੋਨੇ ਨੌਜਵਾਨਾਂ ਦਾ ਮੈਕਸੀਕੋ ਦੇ ਵਿੱਚ ਹਾਦਸਾ ਹੋ ਗਿਆ, ਐਕਸੀਡੈਂਟ ਹੋ ਗਿਆ, ਜਿਸ ਤੋਂ ਬਾਅਦ ਦੋਹਾਂ ਦੀ ਮੌਤ ਹੋ ਗਈ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਟਰੱਕ ਨੂੰ ਕੱਟ ਕੇ ਬਾਹਰ ਕੱਢਿਆ ਗਿਆ, ਇਹ ਟਰੱਕ ਨੂੰ ਆਰੀ ਦੇ ਨਾਲ ਪਹਿਲਾਂ ਕੱਢਿਆ ਗਿਆ ਤਾਂ ਦੋਹਾਂ ਦੀ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਦਰਅਸਲ ਮੈਕਸੀਕੋ ਦੇ ਹਾਈਵੇ 144 'ਤੇ ਇਹ ਹਾਦਸਾ ਵਾਪਰਿਆ ਹੈ। ਇਹ ਹਾਦਸਾ 7 ਮਾਰਚ ਨੂੰ ਵਾਪਰਿਆ ਸੀ, ਜਿਸ ਦੇ ਵਿੱਚ ਦੋਹੇ ਨੌਜਵਾਨਾਂ ਦੀ ਮੌਤ ਹੋ ਗਈ। 3 ਭੈਣਾਂ ਦੇ ਇਕਲੌਤੇ ਵੀਰ ਸਨ ਇਹ ਦੋਨੇ ਨੌਜਵਾਨ, ਇੱਕ ਦੀਆਂ 2 ਭੈਣਾਂ ਸਨ ਅਤੇ ਦੂਜੇ ਦੀਆਂ 3, ਅਤੇ ਦੋਹਾਂ ਦੀ ਮੌਤ ਅਮਰੀਕਾ ਦੇ ਵਿੱਚ ਹੋ ਗਈ ਹੈ। ਸੁਪਨੇ ਪੂਰੇ ਕਰਨ ਦੇ ਲਈ ਅਮਰੀਕਾ ਗਏ ਸੀ ਤਾਂ ਹਾਈਵੇ 144 'ਤੇ ਟਰਾਲੇ ਦੇ ਨਾਲ ਆਹਮੋ ਸਾਹਮਣੇ ਟਰਾਲੇ ਦੀ ਟੱਕਰ ਹੋ ਜਾਂਦੀ ਹੈ, ਜਿਸ ਦੇ ਵਿੱਚ ਦੋਹਾਂ ਦੀ ਮੌਤ ਹੋ ਗਈ। ਦਰਅਸਲ ਇਹ ਹਾਦਸਾ ਬੀਤੀ 7 ਮਾਰਚ ਨੂੰ ਹੋਇਆ, ਜਿਸ ਤੋਂ ਬਾਅਦ ਦੋਹਾਂ ਦੀਆਂ ਲਾਸ਼ਾਂ ਨੂੰ ਅੱਜ 36 ਦਿਨਾਂ ਬਾਅਦ ਜੱਦੀ ਪਿੰਡ ਲਿਆਇਆ ਗਿਆ ਹੈ, ਜਿੱਥੇ ਦੋਹਾਂ ਦਾ ਸਿਵਾ ਵੀ ਇਕੱਠਾ ਬਲਿਆ। ਲੋਕ ਕਹਿ ਰਹੇ ਨੇ ਕਿ ਬਚਪਨ ਤੋਂ ਲੈ ਕੇ ਸਿਵਿਆਂ ਤੱਕ ਦੀ ਜਿਹੜੀ ਇਹਨਾਂ ਦੀ ਜਰਨੀ ਸੀ ਉਹ ਇਕੱਠਿਆਂ ਬੀਤੀ ਹੈ। ਪਰਿਵਾਰ ਦੇ ਵਿੱਚ ਸੋਗ ਦਾ ਮਾਹੌਲ ਹੈ, ਦੋਹੇ ਪਰਿਵਾਰਾਂ ਦੇ ਜਿਹੜੇ ਥੰਬ ਸਨ ਦੋਨੇ ਨੌਜਵਾਨ ਬਾਹਰ ਜਾ ਕੇ ਚੰਗਾ ਕਮਾਉਣ ਵੀ ਲੱਗ ਗਏ ਸੀ, ਘਰ ਬਾਰ ਅੱਛਾ ਕਰ ਲਿਆ ਸੀ, ਤਾਂ ਦੋਹਾਂ ਦੀ ਮੌਤ ਹੋ ਗਈ। ਦੋਹਾਂ ਘਰਾਂ ਦੇ ਪਿੱਲਰ ਯਾਨੀ ਕਿ ਥੰਬ ਡਿੱਗ ਗਏ, ਜਿਸ ਤੋਂ ਬਾਅਦ ਹੌਸਲੇ ਟੁੱਟ ਚੁੱਕੇ ਨੇ ਦੋਨੇ ਪਰਿਵਾਰਾਂ ਦੇ। ਸੋਗ ਦੀ ਲਹਿਰ ਹੈ, ਮਾਵਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਉਸ ਵੇਲੇ ਨੂੰ ਪਛਤਾ ਰਹੀਆਂ ਨੇ ਜਦ ਆਪਣੇ ਮੁੰਡੇ ਨੂੰ ਅਮਰੀਕਾ ਭੇਜਿਆ ਸੀ, ਕਿਉਂਕਿ ਅਮਰੀਕਾ ਦਾ ਹਾਈਵੇ 144 ਕਾਫੀ ਖਤਰਨਾਕ ਹਾਈਵੇ ਹੈ, ਇਹ ਕਾਫੀ ਜੰਗਲੀ ਜਾਨਵਰ ਇਸ ਹਾਈਵੇ 'ਤੇ ਮਿਲਦੇ ਨੇ ਤੁਹਾਨੂੰ, ਅਤੇ ਇਸ ਹਾਈਵੇ 'ਤੇ ਜ਼ਿਆਦਾਤਰ ਐਕਸੀਡੈਂਟ ਹੁੰਦੇ ਨੇ, ਤਾਂ ਇਹ ਵੀ ਕਿਉਂਕਿ ਵਨ ਵੇ ਹੈ, ਆਹਮੋ ਸਾਹਮਣੀ ਟਰਾਲੇ ਦੇ ਨਾਲ ਤਾਂ ਹੀ ਟੱਕਰ ਹੋਈ, ਕਿਉਂਕਿ ਵਨ ਵੇ ਹਾਈਵੇ ਹੈ ਇਹ, ਆਹਮੋ ਸਾਹਮਣੀ ਟਰਾਲੇ ਦੀ ਟੱਕਰ ਹੋਈ, ਜਿਸ ਦੇ ਵਿੱਚ ਦੋਹੇ ਨੌਜਵਾਨਾਂ ਦੀ ਮੌਤ ਹੋ ਗਈ ਹੈ। ਦਰਅਸਲ ਦੋਨੇ ਨੌਜਵਾਨ 2 ਸਾਲ ਪਹਿਲਾਂ ਹੀ ਅਮਰੀਕਾ ਗਏ ਸੀ, ਬਚਪਨ ਤੋਂ ਲੈ ਕੇ ਹੁਣ ਤੱਕ ਇਕੱਠੇ ਸੀ। ਆਓ ਦੋਹਾਂ ਦੀ ਯਾਰੀ ਦੀਆਂ ਗੱਲਾਂ ਪਿੰਡ ਦੇ ਲੋਕਾਂ ਤੋਂ ਸੁਣਦੇ ਹਾਂ। ਲਗਭਗ 36 ਦਿਨ ਹੋ ਗਏ ਅਮਰੀਕਾ ਦੇ ਵਿੱਚ, ਬੱਚੇ ਵਿਦੇਸ਼ ਦੇ ਵਿੱਚ ਗਏ ਸੀ ਦੋਨੇ ਹੀ, ਮਤਲਬ ਆਪਣੀ ਕਮਾਈ ਕਰਨ ਵਾਸਤੇ, ਅਤੇ ਉੱਥੇ ਡਰਾਈਵਰੀ ਕਰਦੇ ਸੀ, ਉੱਥੇ ਇਹਨਾਂ ਦਾ ਐਕਸੀਡੈਂਟ ਹੋ ਗਿਆ ਅਤੇ ਇਹਨਾਂ ਦੀ ਮੌਤ ਹੋ ਗਈ ਉੱਥੇ, ਅਤੇ ਹੁਣ ਅੱਜ ਇਹਨਾਂ ਦੀਆਂ ਮਤਲਬ ਮ੍ਰਿਤਕ ਸਰੀਰ ਇੱਥੇ ਆਣ ਕੇ ਸੰਸਕਾਰ ਕੀਤਾ ਗਿਆ, ਅਤੇ ਪਰਿਵਾਰਾਂ ਦੀ ਦੋਨਾਂ ਦੀ ਬਹੁਤ ਮੰਦੀ ਹਾਲਤ ਆ ਜੀ, ਕੋਈ ਇਹਨਾਂ ਦੇ ਮਤਲਬ ਇਸ ਵੇਲੇ ਬਦਲਾਵ ਜਿਹੜਾ ਚੱਲਿਆ ਨਹੀਂ ਜਾਂਦਾ, ਅਤੇ ਦੂਸਰਾ ਇਹ ਬੱਚੇ ਅਜੇ ਗਿਆ ਨੂੰ ਥੋੜ੍ਹੀ ਦੇਰ ਹੋਈ ਸੀ,
ਦੋਨੇ ਪਰਿਵਾਰਕ ਜਿਹੜੇ ਆਰਥਿਕ ਪੱਖੋਂ ਬਹੁਤ ਜ਼ਿਆਦਾ ਕਮਜ਼ੋਰ ਆ ਅਤੇ ਇਹਨਾਂ ਦੇ ਬੱਚਿਆਂ ਦੇ ਸਿਰ ਦੀ ਉੱਤੇ ਇਹਨਾਂ ਦਾ ਨਿਰਵਾਹ ਚੱਲਦਾ ਸੀ ਅਤੇ ਹੁਣ ਇਹਨਾਂ ਦੀ ਬਹੁਤ ਜ਼ਿਆਦਾ ਮੰਦੀ ਹਾਲਤ ਹੋਈ ਹੈ। ਇਹ ਨੌਜਵਾਨ ਇਕੱਲੇ ਇਕੱਲੇ ਬੇਟੇ ਸੀਗੇ ਅਤੇ ਡੇਢ ਕੁ ਸਾਲ ਪਹਿਲਾਂ ਵਿਦੇਸ਼ ਦੇ ਵਿੱਚ ਗਏ, ਇੱਥੋਂ ਗਰੀਬ ਪਰਿਵਾਰ ਹੋਣ ਕਰਕੇ ਇਹ ਵਿਦੇਸ਼ ਗਏ ਸੀ ਕਿ ਆਪਾਂ ਉੱਥੇ ਜਾ ਕੇ ਕਮਾਈ ਕਰਕੇ ਆਪਾਂ ਵਧੀਆ ਆਪਣੇ ਘਰ ਆਪਣਾ ਕੁਛ ਆਪਣੇ ਪਰਿਵਾਰਕ ਮੈਂਬਰਾਂ ਨੂੰ ਚੰਗੀ ਚੀਜ਼ਾਂ ਜਾਂ ਕੁਛ ਹੋਰ ਜ਼ਮੀਨ ਜਾਇਦਾਦ ਤਾਂ ਲੈ ਕੇ ਦੇਵਾਂਗੇ, ਲੇਕਿਨ ਅਣਹੋਣੀ ਨੇ ਕੁਛ ਹੋਰ ਹੀ ਕਰ ਦਿੱਤਾ। ਮਹੀਨਾ ਕੁ ਪਹਿਲਾਂ ਕਰੀਬ ਇਹ ਖਬਰ ਮਿਲੀ ਕਿ ਇਹਨਾਂ ਦੋਹਾਂ ਬੱਚਿਆਂ ਦੀ ਅਮੈਰੀਕਾ ਦੇ ਵਿੱਚ ਟਰੱਕ ਦਾ ਐਕਸੀਡੈਂਟ ਹੋਣ ਦੇ ਨਾਲ ਮੌਤ ਹੋ ਗਈ ਅਤੇ ਉਸ ਵੇਲੇ ਵੀ ਪਿੰਡ ਦੇ ਵਿੱਚ ਬਹੁਤ ਵੱਡੀ ਸੋਗ ਦੀ ਲਹਿਰ ਚੱਲੀ ਸੀ। ਅੱਜ 12 ਤਰੀਕ ਨੂੰ ਇਹਨਾਂ ਦੋਨਾਂ ਬੱਚਿਆਂ ਦੀਆਂ ਬੋਡੀਆਂ ਵਿਦੇਸ਼ 'ਚੋਂ ਵਾਪਸ ਆਈਆਂ ਅਤੇ ਅੱਜ ਪਿੰਡ ਟੇਰਕਿਆਣਾ ਦੇ ਸ਼ਮਸ਼ਾਨ ਘਾਟ ਵਿਖੇ ਉਹਨਾਂ ਦਾ ਸੰਸਕਾਰ ਕੀਤਾ ਗਿਆ। ਇਹ ਬੱਚੇ ਬਚਪਨ ਤੋਂ ਹੀ ਇਕੱਠੇ ਰਹਿ ਰਹੇ ਸੀਗੇ, ਇੱਥੇ ਜਦੋਂ ਪਿੰਡ ਵੀ ਰਹਿੰਦੇ ਸੀ ਇਕੱਠੇ ਰਹਿੰਦੇ ਸੀਗੇ ਅਤੇ ਜਦੋਂ ਬਾਹਰ ਵਿਦੇਸ਼ ਗਏ ਤਾਂ ਇੱਕ ਬੇਟਾ ਪਹਿਲਾਂ ਕਨੇਡਾ ਸੀਗਾ ਜਿਹੜਾ ਕਿ ਰਘਵੀਰ ਸਿੰਘ ਦਾ ਭਤੀਜਾ, ਰਘਵੀਰ ਸਿੰਘ ਟੇਰਕਿਆਣਾ ਦਾ ਭਤੀਜਾ ਸੀ, ਉਹ ਕਨੇਡਾ ਸੀ। ਕਨੇਡਾ ਤੋਂ ਬਾਅਦ ਫਿਰ ਉਹ ਅਮੈਰੀਕਾ ਚਲਾ ਗਿਆ, ਉੱਥੇ ਜਾ ਕੇ ਵੀ ਇਹਨਾਂ ਨੇ ਇਕੱਠਿਆਂ ਹੀ ਕੰਮ ਕੀਤਾ, ਇਕੱਠਿਆਂ ਹੀ ਟਰਾਲਾ ਚਲਾਇਆ ਅਤੇ ਅੱਜ ਦੋਨਾਂ ਵਿਚਾਰਿਆਂ ਦਾ ਇਕੱਠਿਆਂ ਦਾ ਹੀ ਸ਼ਮਸ਼ਾਨ ਘਾਟ ਦੇ ਵਿੱਚ ਸੰਸਕਾਰ ਹੋਇਆ। ਆਪਣਾ ਭਾਜੀ 100 ਐਗਜ਼ਿਟ ਦੇ ਲਾਗੇ ਆਪਣਾ ਕਸੀਨੋ ਟੱਪ ਕੇ ਟਰੱਕ ਦਾ ਐਕਸੀਡੈਂਟ ਹੋ ਗਿਆ ਭਾਜੀ। ਉੱਥੇ ਜਾ ਕੇ ਵੀ ਇਹਨਾਂ ਨੇ ਇਕੱਠਿਆਂ ਹੀ ਕੰਮ ਕੀਤਾ, ਇਕੱਠਿਆਂ ਹੀ ਟਰਾਲਾ ਚਲਾਇਆ ਅਤੇ ਅੱਜ ਦੋਨਾਂ ਵਿਚਾਰਿਆਂ ਦਾ ਇਕੱਠਿਆਂ ਦਾ ਹੀ ਸ਼ਮਸ਼ਾਨ ਘਾਟ ਦੇ ਵਿੱਚ ਸੰਸਕਾਰ ਹੋਇਆ। ਬਚਪਨ ਤੋਂ ਸਿਵਿਆਂ ਤੱਕ ਇਕੱਠੇ ਗਏ ਨੌਜਵਾਨ, ਅਮਰੀਕਾ ਵੀ ਇਕੱਠੇ ਗਏ ਅਤੇ ਦੋਹਾਂ ਦੀਆਂ ਲਾਸ਼ਾਂ ਵੀ ਇਕੱਠੀਆਂ ਪੰਜਾਬ ਪਰਤੀਆਂ। ਐਸੀ ਦੋਸਤੀ ਦੀ ਕਹਾਣੀ ਜੋ ਤੁਹਾਨੂੰ ਕਰ ਦੇਗੀ ਭਾਵੁਕ। ਦਰਅਸਲ ਦੋ ਨੌਜਵਾਨ ਜਿਨ੍ਹਾਂ ਦਾ ਨਾਮ, ਇੱਕ ਦਾ ਸੁਖਜਿੰਦਰ ਸਿੰਘ ਅਤੇ ਦੂਜੇ ਦਾ ਸਿਮਰਨਜੀਤ ਸਿੰਘ, ਦੋਨੇ ਜਣੇ ਇਕੱਠੇ ਬਚਪਨ ਤੋਂ ਖੇਡਦੇ ਆਏ, ਕੁੱਦਦੇ ਆਏ, ਜਿਗਰੀ ਯਾਰ ਸਨ। 12ਵੀਂ ਦੋਨਾਂ ਨੇ ਇਕੱਠਿਆਂ ਪਾਸ ਕੀਤੀ, ਇੱਕੋ ਪਿੰਡ ਦੇ ਦੋਨੇ ਰਹਿਣ ਵਾਲੇ ਸਨ। ਦੋਨੇ ਨੌਜਵਾਨ 12ਵੀਂ ਪਾਸ ਕਰਕੇ ਅਮਰੀਕਾ ਗਏ, ਜਿੱਥੇ ਦੋਨੇ ਟਰਾਲਾ ਚਲਾਉਣ ਲੱਗੇ, ਕਾਫੀ ਚੰਗੇ ਪੈਸੇ ਵੀ ਕਮਾਉਣ ਲੱਗੇ ਸੀ। ਪੈਸੇ ਕਮਾਉਣ ਤੋਂ ਬਾਅਦ ਉਹਨਾਂ ਨੇ ਘਰੇ ਆਪਣਾ ਕੋਠੀ ਪਾਣੀ ਵੀ ਸ਼ੁਰੂ ਕਰ ਦਿੱਤੀ ਸੀ, ਪਰ ਕੋਠੀ ਕੰਪਲੀਟ ਹੋਣ ਤੋਂ ਪਹਿਲਾਂ ਹੀ ਦੋਨੇ ਨੌਜਵਾਨਾਂ ਦਾ ਮੈਕਸੀਕੋ ਦੇ ਵਿੱਚ ਹਾਦਸਾ ਹੋ ਗਿਆ, ਐਕਸੀਡੈਂਟ ਹੋ ਗਿਆ, ਜਿਸ ਤੋਂ ਬਾਅਦ ਦੋਹਾਂ ਦੀ ਮੌਤ ਹੋ ਗਈ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਟਰੱਕ ਨੂੰ ਕੱਟ ਕੇ ਬਾਹਰ ਕੱਢਿਆ ਗਿਆ, ਇਹ ਟਰੱਕ ਨੂੰ ਆਰੀ ਦੇ ਨਾਲ ਪਹਿਲਾਂ ਕੱਢਿਆ ਗਿਆ ਤਾਂ ਦੋਹਾਂ ਦੀ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਦਰਅਸਲ ਮੈਕਸੀਕੋ ਦੇ ਹਾਈਵੇ 144 'ਤੇ ਇਹ ਹਾਦਸਾ ਵਾਪਰਿਆ ਹੈ। ਇਹ ਹਾਦਸਾ 7 ਮਾਰਚ ਨੂੰ ਵਾਪਰਿਆ ਸੀ, ਜਿਸ ਦੇ ਵਿੱਚ ਦੋਹੇ ਨੌਜਵਾਨਾਂ ਦੀ ਮੌਤ ਹੋ ਗਈ। ਤਿੰਨ ਭੈਣਾਂ ਦੇ ਇਕਲੌਤੇ ਵੀਰ ਸਨ ਇਹ ਦੋਨੇ ਨੌਜਵਾਨ, ਇੱਕ ਦੀਆਂ ਦੋ ਭੈਣਾਂ ਸਨ ਅਤੇ ਦੂਜੇ ਦੀਆਂ ਤਿੰਨ, ਅਤੇ ਦੋਹਾਂ ਦੀ ਮੌਤ ਅਮਰੀਕਾ ਦੇ ਵਿੱਚ ਹੋ ਗਈ ਹੈ। ਸੁਪਨੇ ਪੂਰੇ ਕਰਨ ਦੇ ਲਈ ਅਮਰੀਕਾ ਗਏ ਸੀ ਤਾਂ ਹਾਈਵੇ 144 'ਤੇ ਟਰਾਲੇ ਦੇ ਨਾਲ ਆਹਮੋ ਸਾਹਮਣੇ ਟਰਾਲੇ ਦੀ ਟੱਕਰ ਹੋ ਜਾਂਦੀ ਹੈ, ਜਿਸ ਦੇ ਵਿੱਚ ਦੋਹਾਂ ਦੀ ਮੌਤ ਹੋ ਗਈ। ਦਰਅਸਲ ਇਹ ਹਾਦਸਾ ਬੀਤੀ 7 ਮਾਰਚ ਨੂੰ ਹੋਇਆ, ਜਿਸ ਤੋਂ ਬਾਅਦ ਦੋਹਾਂ ਦੀਆਂ ਲਾਸ਼ਾਂ ਨੂੰ ਅੱਜ 36 ਦਿਨਾਂ ਬਾਅਦ ਜੱਦੀ ਪਿੰਡ ਲਿਆਇਆ ਗਿਆ ਹੈ, ਜਿੱਥੇ ਦੋਹਾਂ ਦਾ ਸਿਵਾ ਵੀ ਇਕੱਠਾ ਬਲਿਆ। ਲੋਕ ਕਹਿ ਰਹੇ ਨੇ ਕਿ ਬਚਪਨ ਤੋਂ ਲੈ ਕੇ ਸਿਵਿਆਂ ਤੱਕ ਦੀ ਜਿਹੜੀ ਇਹਨਾਂ ਦੀ ਜਰਨੀ ਸੀ ਉਹ ਇਕੱਠਿਆਂ ਬੀਤੀ ਹੈ। ਪਰਿਵਾਰ ਦੇ ਵਿੱਚ ਸੋਗ ਦਾ ਮਾਹੌਲ ਹੈ, ਦੋਹੇ ਪਰਿਵਾਰਾਂ ਦੇ
ਜਿਹੜੇ ਥੰਬ ਸਨ ਦੋਨੇ ਨੌਜਵਾਨ ਬਾਹਰ ਜਾ ਕੇ ਚੰਗਾ ਕਮਾਉਣ ਵੀ ਲੱਗ ਗਏ ਸੀ, ਘਰ ਬਾਰ ਅੱਛਾ ਕਰ ਲਿਆ ਸੀ, ਤਾਂ ਦੋਹਾਂ ਦੀ ਮੌਤ ਹੋ ਗਈ। ਦੋਹਾਂ ਘਰਾਂ ਦੇ ਪਿੱਲਰ ਯਾਨੀ ਕਿ ਥੰਬ ਡਿੱਗ ਗਏ, ਜਿਸ ਤੋਂ ਬਾਅਦ ਹੌਸਲੇ ਟੁੱਟ ਚੁੱਕੇ ਨੇ ਦੋਨੇ ਪਰਿਵਾਰਾਂ ਦੇ। ਸੋਗ ਦੀ ਲਹਿਰ ਹੈ, ਮਾਵਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਉਸ ਵੇਲੇ ਨੂੰ ਪਛਤਾ ਰਹੀਆਂ ਨੇ ਜਦ ਆਪਣੇ ਮੁੰਡੇ ਨੂੰ ਅਮਰੀਕਾ ਭੇਜਿਆ ਸੀ, ਕਿਉਂਕਿ ਅਮਰੀਕਾ ਦਾ ਹਾਈਵੇ 144 ਕਾਫੀ ਖਤਰਨਾਕ ਹਾਈਵੇ ਹੈ। ਇਹ ਕਾਫੀ ਜੰਗਲੀ ਜਾਨਵਰ ਇਸ ਹਾਈਵੇ ਤੇ ਮਿਲਦੇ ਨੇ ਤੁਹਾਨੂੰ, ਤੇ ਇਸ ਹਾਈਵੇ ਤੇ ਜ਼ਿਆਦਾਤਰ ਐਕਸੀਡੈਂਟ ਹੁੰਦੇ ਨੇ। ਤਾਂ ਇਹ ਵੀ ਕਿਉਂਕਿ ਵਨ ਵੇ ਹੈ, ਆਮੋ ਸਾਹਮਣੀ ਟਰਾਲੇ ਦੇ ਨਾਲ ਤਾਂ ਹੀ ਟੱਕਰ ਹੋਈ, ਕਿਉਂਕਿ ਵਨ ਵੇ ਹਾਈਵੇ ਹੈ ਇਹ, ਆਮੋ ਸਾਹਮਣੀ ਟਰਾਲੇ ਦੀ ਟੱਕਰ ਹੋਈ ਜਿਸ ਦੇ ਵਿੱਚ ਦੋਹੇ ਨੌਜਵਾਨਾਂ ਦੀ ਮੌਤ ਹੋ ਗਈ ਹੈ। ਦਰਅਸਲ ਦੋਨੇ ਨੌਜਵਾਨ 2 ਸਾਲ ਪਹਿਲਾਂ ਹੀ ਅਮਰੀਕਾ ਗਏ ਸੀ, ਬਚਪਨ ਤੋਂ ਲੈ ਕੇ ਹੁਣ ਤੱਕ ਇਕੱਠੇ ਸੀ। ਆਓ ਦੋਹਾਂ ਦੀ ਯਾਰੀ ਦੀਆਂ ਗੱਲਾਂ ਪਿੰਡ ਦੇ ਲੋਕਾਂ ਤੋਂ ਸੁਣਦੇ ਹਾਂ। ਲਗਭਗ 38 ਦਿਨ ਹੋ ਗਏ ਅਮਰੀਕਾ ਦੇ ਵਿੱਚ, ਬੱਚੇ ਵਿਦੇਸ਼ ਦੇ ਵਿੱਚ ਗਏ ਸੀ ਦੋਨੇ ਹੀ, ਮਤਲਬ ਆਪਣੀ ਕਮਾਈ ਕਰਨ ਵਾਸਤੇ, ਅਤੇ ਉੱਥੇ ਡਰਾਈਵਰੀ ਕਰਦੇ ਸੀ, ਉੱਥੇ ਇਹਨਾਂ ਦਾ ਐਕਸੀਡੈਂਟ ਹੋ ਗਿਆ ਅਤੇ ਇਹਨਾਂ ਦੀ ਮੌਤ ਹੋ ਗਈ ਉੱਥੇ, ਅਤੇ ਹੁਣ ਅੱਜ ਇਹਨਾਂ ਦੀਆਂ ਮਤਲਬ ਮ੍ਰਿਤਕ ਸਰੀਰ ਇੱਥੇ ਆਣ ਕੇ ਸੰਸਕਾਰ ਕੀਤਾ ਗਿਆ। ਅਤੇ ਪਰਿਵਾਰਾਂ ਦੀ ਦੋਨਾਂ ਦੀ ਬਹੁਤ ਮੰਦੀ ਹਾਲਤ ਹੈ ਜੀ, ਕੋਈ ਇਹਨਾਂ ਦੇ ਮਤਲਬ ਇਸ ਵੇਲੇ ਬਦਲਾਵ ਜਿਹੜਾ ਝੱਲਿਆ ਨਹੀਂ ਜਾਂਦਾ। ਅਤੇ ਦੂਸਰਾ ਇਹ ਬੱਚੇ ਜੇ ਗਿਆ ਨੂੰ ਥੋੜ੍ਹੀ ਦੇਰ ਹੋਈ ਸੀ, ਦੋਨੇ ਪਰਿਵਾਰਕ ਜਿਹੜੇ ਆਰਥਿਕ ਪੱਖੋਂ ਬਹੁਤ ਜ਼ਿਆਦਾ ਕਮਜ਼ੋਰ ਆ, ਅਤੇ ਇਹਨਾਂ ਦੇ ਬੱਚਿਆਂ ਦੇ ਸਿਰ ਦੀ ਉੱਤੇ ਇਹਨਾਂ ਦਾ ਨਿਰਵਾਹ ਚੱਲਦਾ ਸੀ, ਅਤੇ ਹੁਣ ਇਹਨਾਂ ਦੀ ਬਹੁਤ ਜ਼ਿਆਦਾ ਮੰਦੀ ਹਾਲਤ ਹੋਈ ਹੈ। ਇਹ ਨੌਜਵਾਨ ਇਕੱਲੇ ਇਕੱਲੇ ਬੇਟੇ ਸੀਗੇ, ਅਤੇ 1.5 ਸਾਲ ਪਹਿਲਾਂ ਵਿਦੇਸ਼ ਦੇ ਵਿੱਚ ਗਏ, ਇੱਥੋਂ ਗਰੀਬ ਪਰਿਵਾਰ ਹੋਣ ਕਰਕੇ ਇਹ ਵਿਦੇਸ਼ ਗਏ ਸੀ ਕਿ ਆਪਾਂ ਉੱਥੇ ਜਾ ਕੇ ਕਮਾਈ ਕਰਕੇ ਆਪਾਂ ਵਧੀਆ ਆਪਣੇ ਘਰ ਆਪਣਾ ਕੁਛ ਆਪਣੇ ਪਰਿਵਾਰਕ ਮੈਂਬਰਾਂ ਨੂੰ ਚੰਗੀ ਚੀਜ਼ਾਂ ਜਾਂ ਕੁਛ ਹੋਰ ਜ਼ਮੀਨ ਜਾਇਦਾਦ ਤਾਂ ਲੈ ਕੇ ਦੇਵਾਂਗੇ, ਲੇਕਿਨ ਅਣਹੋਣੀ ਨੇ ਕੁਛ ਹੋਰ ਹੀ ਕਰ ਦਿੱਤਾ। 1 ਮਹੀਨਾ ਪਹਿਲਾਂ ਕਰੀਬ ਇਹ ਖਬਰ ਮਿਲੀ ਕਿ ਇਹਨਾਂ ਦੋਹਾਂ ਬੱਚਿਆਂ ਦੀ ਅਮਰੀਕਾ ਦੇ ਵਿੱਚ ਟਰੱਕ ਦਾ ਐਕਸੀਡੈਂਟ ਹੋਣ ਦੇ ਨਾਲ ਮੌਤ ਹੋ ਗਈ, ਅਤੇ ਉਸ ਵੇਲੇ ਵੀ ਪਿੰਡ ਦੇ ਵਿੱਚ ਬਹੁਤ ਵੱਡੀ ਸੋਗ ਦੀ ਲਹਿਰ ਚੱਲੀ ਸੀ। ਅੱਜ 12 ਤਰੀਕ ਨੂੰ ਇਹਨਾਂ ਦੋਨਾਂ ਬੱਚਿਆਂ ਦੀਆਂ ਬੋਡੀਆਂ ਵਿਦੇਸ਼ 'ਚੋਂ ਵਾਪਸ ਆਈਆਂ, ਅਤੇ ਅੱਜ ਪਿੰਡ ਟੇਰਕਿਆਣਾ ਦੇ ਸ਼ਮਸ਼ਾਨ ਘਾਟ ਵਿਖੇ ਉਹਨਾਂ ਦਾ ਸੰਸਕਾਰ ਕੀਤਾ ਗਿਆ। ਇਹ ਬੱਚੇ ਬਚਪਨ ਤੋਂ ਹੀ ਇਕੱਠੇ ਰਹਿ ਰਹੇ ਸੀਗੇ ਇੱਥੇ, ਜਦੋਂ ਪਿੰਡ ਵੀ ਰਹਿੰਦੇ ਸੀ ਇਕੱਠੇ ਰਹਿੰਦੇ ਸੀਗੇ, ਅਤੇ ਜਦੋਂ ਬਾਹਰ ਵਿਦੇਸ਼ ਗਏ ਤਾਂ ਇੱਕ ਬੇਟਾ ਪਹਿਲਾਂ ਕੈਨੇਡਾ ਸੀਗਾ, ਜਿਹੜਾ ਕਿ ਰਘਵੀਰ ਸਿੰਘ ਦਾ ਭਤੀਜਾ, ਰਘਵੀਰ ਸਿੰਘ ਟੇਰਕਿਆਣਾ ਦਾ ਭਤੀਜਾ ਸੀ, ਉਹ ਕੈਨੇਡਾ ਸੀ। ਕੈਨੇਡਾ ਤੋਂ ਬਾਅਦ ਫਿਰ ਉਹ ਅਮਰੀਕਾ ਚਲਾ ਗਿਆ, ਉੱਥੇ ਜਾ ਕੇ ਵੀ ਇਹਨਾਂ ਨੇ ਇਕੱਠਿਆਂ ਹੀ ਕੰਮ ਕੀਤਾ, ਇਕੱਠਿਆਂ ਹੀ ਟਰਾਲਾ ਚਲਾਇਆ, ਅਤੇ ਅੱਜ ਦੋਨਾਂ ਵਿਚਾਰਿਆਂ ਦਾ ਇਕੱਠਿਆਂ ਦਾ ਹੀ ਸ਼ਮਸ਼ਾਨ ਘਾਟ ਦੇ ਵਿੱਚ ਸੰਸਕਾਰ ਹੋਇਆ।